ਦਰ ਲੱਭਣ ਲੱਭਣ ਦੀਆਂ ਦੀਆਂ ਦੇਖੋ ਲੱਗੀ ਦੀਆਂ ਬਾਹਰੋਂ ਬਹੁਤ ਕੁਕਿੰਗ ਚੱਲ ਰਹੀ ਭਈਆ ਚੱਲ ਰਹੀ ਤੋ ਵੈਲਕਮ ਟੂ ਆਵਰ ਵਲੌਗ ਗਾਇਸ ਤੇ ਹੁਣ ਆਪਾਂ ਸਾਰੇ ਚੱਲੇ ਹਾਂ ਕਟਿੰਗ ਕਰਾਉਣ ਕਟਿੰਗ ਕਿੰਨੇ ਕਰਾਉਣੀ ਆ ਸਾਰੇ ਲੋਹੜੀ ਕਰਕੇ ਕਟਿੰਗਾਂ ਕਰਾਉਣ ਚੱਲੇ ਹਾਂ ਕਿਉਂਕਿ ਸਾਰਿਆਂ ਦੇ ਵਾਲ ਬਹੁਤ ਜ਼ਿਆਦਾ ਵਧੇ ਪਏ ਆ ਇਸ ਕਰਕੇ ਉੱਥੇ ਜਾ ਕੇ ਮਿਲਦੇ ਹਾਂ ਆਪਾਂ ਦੁਕਾਨ 'ਤੇ ਚੁੱਕੇ ਦੇ ਆ ਇੱਥੇ ਆਪਾਂ ਕਟਾਵਾਂਗੇ ਆਪਣਾ ਟਿਪ ਟੋਪ ਹੇਅਰ ਸਲੂਨ ਆ ਰੋਡ ਦੇ ਸੈਂਟਰ 'ਚ ਨਾਲ ਅਰਜਨ ਸੈਂਟਰ 'ਚ ਹੀ ਲਾ ਕੇ ਗਾਂ ਗਿਆ ਕਹਿੰਦਾ ਸਾਈਡ 'ਤੇ ਆ ਮੋੜ ਕਟੋਏ ਨਾਲ ਹੀ ਗੱਡੀ ਲੈ ਕੇ ਗਾਂ ਜਾ ਅਰਜਨ ਹੋ ਜੇ ਭਾਈ ਲਾ ਦਿਓ ਯਾਰ ਕੱਟ ਲਾ ਦਿਓ ਪਰਵੱਟੇ 'ਤੇ ਦੇਖੀ ਜੇ ਅੱਛਾ ਪਰਵੱਟੇ 'ਤੇ ਕੱਟ ਲਾ ਦਿਓ ਅਰਜਨ ਮਜ਼ੇਦਾਰ ਲੱਗਣਾ ਦਾੜੀ 'ਤੇ ਕਰਨਗੇ ਪਰ ਤੂੰ ਪਰਵੱਟੇ 'ਤੇ ਕੱਟ ਲਵਾ ਬਸ ਹਾਂ ਮਤਲਬ ਇਹਦੀ ਲਾਈਨ ਦੇ ਨਾਲ ਮੈਚ ਹੋਏ ਹਾਂ ਮੈਚਿੰਗ ਹੋ ਜਾਏਗੀ ਤਾਂ ਵਧੀਆ ਗੱਲ ਆ ਨਾ ਦੇਖੋ ਜਿਹੜੇ ਆਪਾਂ ਵਾਲੋ ਸਮੇਤ ਲਿਆਂਦੇ ਦੇ ਕਿੱਡੇ ਪਿਆਰੇ ਪਿਆਰੇ ਲੱਗ ਰਹੇ ਨੇ ਵਾਲ ਕਟਾ ਕੇ ਲੋਹੜੀ ਦੀ ਤਿਆਰੀਆਂ ਹੋਣੀਆਂ ਬ੍ਰੋ ਇਹ ਸਿਰਫ ਲੋਹੜੀ ਕਰਕੇ ਇਹਨਾਂ ਨੇ ਵਾਲ ਕਟਾਏ ਆ ਬੰਦੇ ਸਾਡੇ ਦਾ ਪਰਵੱਟੇ ਦਾ ਕੱਟ ਤਾਂ ਦੇਖੋ ਨਹੀਂ ਵਧੀਆ ਵੀ ਲੱਗਾ ਇੱਕ ਮਜ਼ਾਕ ਹੁੰਦਾ ਕਿ ਸੱਚੀ ਵਧੀਆ ਲੱਗਾ ਤੈਨੂੰ ਚਲੋ ਫਿਰ ਆਪਾਂ ਰਸਤੇ 'ਚ ਜਾਣ ਰਹੇ ਤੇ ਇਹਨਾਂ ਨੂੰ ਗੁੱਡੀਆਂ ਲੱਭਦੀਆਂ ਆਹ ਦੇਖੋ ਗੁੱਡੀਆਂ ਦੇਖਣ ਚਸਕਾ ਹੀ ਗੁੱਡੀਆਂ ਦਾ ਬੜਾ ਘਰ ਇੰਨੀਆਂ ਪਈਦੀਆਂ ਫਿਰ ਵੀ ਕਹਿੰਦੇ ਆ ਗੁੱਡੀਆਂ ਲੈਣੀਆਂ ਇਹ ਦੇਖੋ ਹੁਣ ਤੁਹਾਨੂੰ ਮੈਂ ਦਿਖਾਉਣਾ ਇਹਦੇ ਸ਼ੋਟ ਦਿਖਾਉਣਾ ਗੁੱਡੀਆਂ ਦੇਖੋ ਲੱਗੀ ਦੀਆਂ ਬਾਹਰੋਂ ਬਹੁਤ ਪਿਆਰੀਆਂ ਲੱਗਣੀਆਂ ਤਾਂ ਕਰਕੇ ਅਸੀਂ ਰੋਕੇ ਹਾਂ ਆਪਾਂ ਇੱਥੇ ਸਾਈਡ 'ਤੇ ਖਲੋ ਕੇ ਗਰੀਬ ਵਾਂਗੂ ਦੇਖੇ ਕਰਦੇ ਹਾਂ ਕਿ ਲੈ ਕੇ ਖਰੀਦਣਾ ਕੀ ਕਰਦੇ ਸਾਨੂੰ ਗੁੱਡੀਆਂ ਉਡਾਉਣ ਦਾ ਮਤਲਬ ਹੈ ਖਰੀਦਣਾ ਖਰੀਦਣਾ ਉਹ ਵੱਡੇ ਆਦਮੀਆਂ ਉਹ ਹੀ ਲੈਂਦੇ ਆ ਕਿਉਂਕਿ ਪੈਸੇ ਵਾਲਾ ਡੀਲ ਵਾਲਾ ਬੰਦਾ ਬਸ ਮੈਨੂੰ ਖਿੱਚੀਆਂ ਨਾਲ ਤੇ ਉਂਗਲਾਂ ਵਢਾਉਣ ਵਾਲਾ ਉਹ ਹੈ ਤੇ ਇਹਨੂੰ ਲੋਕਾਂ ਨੂੰ ਦੇਖ ਦੇਖ ਕੇ ਚਿੰਕਾ ਮਾਰਨ ਦੇ ਨਾਲ ਜੋ ਵੀ ਹੈਗਾ ਵਾ ਵਢਾਉਣ ਨਾਲ ਮਤਲਬ ਆ ਬਸ ਲੈਣ ਨਾ ਤੇ ਨਾ ਔਰ ਇਹਨਾਂ ਨੂੰ ਇੱਕ ਗੱਲ ਮਤਲਬ ਇਹਨਾਂ ਨੇ ਵੀਡੀਓ ਦੇਖ ਲੈਣੀ ਹੋਣੀ ਹੈ ਕਿ ਅੱਜ ਮੈਂ ਵਿਰਾਟ ਕੋਹਲੀ ਬਣੇਦਾ ਸੀ ਅਗਰੈਸ਼ਨ ਹਾਂ ਇਹ ਬਣੇਦਾ ਸੀ ਵਿਰਾਟ ਕੋਹਲੀ ਗਾਈਜ਼ ਉੱਥੇ ਇਹਨਾਂ ਨੂੰ ਪਸੰਦ ਨਹੀਂ ਆਏ ਤਾਂ ਹੁਣ ਆਪਾਂ ਦੂਜੀ ਦੁਕਾਨ 'ਚ ਆਏ ਹਾਂ ਇੱਥੇ ਦੇਖਦੇ ਹਾਂ ਕੁਛ ਇਹਨਾਂ ਨੂੰ ਪਸੰਦ ਆਉਂਦਾ ਗਏ ਪਰ ਇੱਥੇ ਤਾਂ ਬਹੁਤ ਪਿਆਰੀ ਪਿਆਰੀ ਗੁੱਡੀਆਂ ਲੱਗੀਆਂ ਛੋਟਾ ਭੀਮ ਛੋਟਾ ਭੀਮ ਇੱਥੇ ਬਾਹਰ ਵੀ ਲੱਗੀ ਦੀਆਂ ਕਿਹੜੀ ਕਿਹੜੀ ਆ ਯਾਰ ਮੋਦੀ ਜੀ ਆ ਅੰਕਲ ਕੋ ਗੁੱਡੀਆਂ ਬਹੁਤ ਸ਼ਾਨਦਾਰ ਲੱਭਣ ਲੱਭਣ ਦੀਆਂ
ਹੋਰ ਵੀ ਹੈ ਅੰਦਰ? ਚਲ ਆ ਜਾ ਅੰਦਰ ਦੇਖਦੇ ਹਾਂ। ਪਰ ਇੱਥੇ ਤਾਂ ਬਹੁਤ ਮਸਤ ਗੁੱਡੀਆਂ ਬਣੀ ਦੀਆਂ। ਅਤੇ ਹੁਣ ਆਪਾਂ ਆਪਣੀ ਤੀਜੀ ਦੁਕਾਨ 'ਚ ਆ ਗਏ ਹਾਂ ਅਤੇ ਉੱਥੇ ਤਾਂ ਇਹਨਾਂ ਨੂੰ ਮਿਲਿਆ ਨਹੀਂ ਗੁੱਡਾ, ਪਰ ਇੱਥੇ ਤਾਂ ਬਹੁਤ ਮਸਤੀ ਵਾਲੇ, ਇੱਥੇ ਵੀ ਟੰਗੇ ਦੇ ਆ ਗੁੱਡੇ। ਚਲੋ ਦੇਖਦੇ ਹਾਂ ਕਿ ਮਿਲਦਾ ਕਿ ਨਹੀਂ ਮਿਲਦਾ। ਵੈਸੇ ਤਾਂ ਭਾਈ ਕਹਿਣ ਡੇ ਕਿ ਉਹ ਲੋਹੜੀ ਤੋਂ ਪਹਿਲੇ ਦੇਖਣਾ ਪੈਂਦਾ। ਭਾਈ ਉਹਨੇ ਸਟਾਕ ਹੀ ਬੜਾ ਲੈ ਕੇ ਆਏ ਤੇ ਗੁੱਡੀਆਂ ਲੈ ਲਈਆਂ ਇਹਨਾਂ ਨੂੰ, ਤਿੰਨ ਦੁਕਾਨਾਂ ਫਿਰ ਕੇ ਫਿਰ ਗੁੱਡੀਆਂ ਮਿਲੀਆਂ। ਹੁਣ ਇਹ ਤੋਂ ਬਾਅਦ ਹੁਣ ਸਾਨੂੰ ਲੱਗੀ ਦੀ ਆ ਭੁੱਖ ਅਤੇ ਆਪਾਂ ਨੂੰ ਖਾਣਾ ਪੈਣਾ ਇੱਕ ਇੱਕ ਬਰਗਰ, ਅਤੇ ਹੁਣ ਆਪਾਂ ਚੱਲੇ ਹਾਂ ਸਾਰੇ ਬਰਗਰ ਖਾਣ। ਬ੍ਰੋ ਕੁਛ ਖਾਣਾ ਚਾਹੇਗਾ? ਬ੍ਰੋ ਭੁੱਖ ਲੱਗੀ ਹੈ ਬ੍ਰਦਰ, ਭੁੱਖ ਲੱਗੀ ਹੈ। ਇਹ ਪਿੱਛੇ ਆ ਰਹੇ ਹੈ ਮਾੜੇ ਲੋਕ, ਗੁੱਡੇ ਪਕੜੇ ਹੋਏ ਆ ਬੀਚ ਮੇ। ਚਲੋ ਹੁਣ ਆਪਾਂ ਸਿੱਧੇ ਚੱਲੇ ਹਾਂ ਬਰਗਰ ਵਾਲੀ ਰੇਹੜੀ 'ਤੇ ਜਾਵਾਂਗੇ, ਬਾਹਰ ਦੁਕਾਨ 'ਤੇ ਨਹੀਂ ਜਾਣਾ ਹੈਗਾ ਕਿਉਂਕਿ ਸਾਨੂੰ ਰੇਹੜੀ ਵਾਲਾ ਜ਼ਿਆਦਾ ਸਵਾਦ ਲੱਗਦਾ। ਅਤੇ ਗਾਈਜ਼ ਆਪਾਂ ਪਹੁੰਚ ਗਏ ਆਪਣੀ ਰੇਹੜੀ 'ਤੇ। ਮਾੜੀ ਹੋ ਗਈ ਹੈ ਬੰਦੇ ਨਾ ਸੁਣ ਲੈਦੀ ਹੁਣ ਭਈਆ ਨੇ, ਭਈਆ ਨੇ ਫਿਰ ਇਗਨੋਰ ਕਰਤਾ ਯਾਰ। ਭਈਆ ਮੇਰੇ ਕੋ ਇਗਨੋਰ ਕਰ ਕਰਕੇ ਕਿਆ ਸਾਬਿਤ ਕਰਨਾ ਚਾਹ ਰਹੇ? ਚਲੋ ਬਰਗਰਾਂ ਦਾ ਆਰਡਰ ਹੋ ਗਿਆ, ਭਈਆ ਨੇ ਮੁੰਡੀ ਹਿਲਾ ਤੀ ਆ ਅਤੇ ਲੱਗ ਗਿਆ ਪਤਾ ਤੁਹਾਨੂੰ ਉੱਥੇ ਮੇਰੇ ਨਾਲ ਪਤਾ ਮੈਂ ਉਹਨੂੰ ਕਿਹਾ ਭਈਆ ਰਿਸਪੋਂਸ ਭਈਆ ਭਈਆ ਯੈਸ ਮੈਂ ਛੇ ਬਰਗਰ ਯੈਸ ਮੈਂ ਭਈਆ ਮਰਚਾਂ ਤੀਖੀ ਡਾਲਣਾ ਭਈਆ ਨੋ ਰਿਸਪੋਂਸ ਮੈਂ ਭਈਆ ਮਰਚ ਤੀਖੀ ਡਾਲਣਾ ਹੋ ਗਏ। ਅੱਜ ਦਾ ਵਲੋਗ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਸਾਰਿਆਂ ਨੂੰ ਭੁੱਖ ਲੱਗੀ ਦੀ, ਆਪਾਂ ਖਾ ਲੈਂਦੇ ਹਾਂ ਬਰਗਰ ਅਤੇ ਬੋਲੋ ਫੀਡਬੈਕ ਦੇ ਦਿਓ ਭਾਅ ਬਰਗਰ ਦਾ। ਪਹਿਲੇ ਸਭ ਤੋਂ ਪਹਿਲੇ ਬਰਗਰ ਦਾ ਫੀਡਬੈਕ, ਪੂਰਾ ਯੈਸ ਬਰਗਰ ਬਣਾਇਆ ਤਾ ਭਾਈ ਉਹਨਾਂ ਨੇ। ਇਹਦਾ ਸੇਮ ਡਾਇਲੋਗ ਹੈ ਸਾਰਿਆਂ ਨੇ, ਕਿਸੇ ਨੇ ਚੇਤਾ ਨਹੀਂ ਭੁਲਾਉਣਾ। ਹੁਣ ਆਪਣੀ ਨੈਕਸਟ ਵੀਡੀਓ ਆਉਣੀ ਹੈ ਇੱਕ ਸੇਮ, ਅਤੇ ਉਹਦੇ 'ਚ ਹੋਣਾ ਵੱਡਾ ਬੋਮ ਬਲਾਸਟ। ਸ਼ੂਟਿੰਗ ਚੱਲ ਰਹੀ ਭਈਆ, ਸ਼ੂਟਿੰਗ ਚੱਲ ਰਹੀ, ਤੇਰੀ ਸ਼ੂਟਿੰਗ ਚੱਲ ਰਹੀ ਹੈ ਅਤੇ ਉਹਦੇ 'ਚ ਹੋਣਾ ਤਗੜਾ ਬੋਮ ਬਲਾਸਟ, ਅਤੇ ਸਾਰਿਆਂ ਨੇ ਉਹ ਵੀਡੀਓ ਜ਼ਰੂਰ ਦੇਖਣੀ ਹੈ। ਇਸ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਪਤਾ ਲੱਗੇਗਾ ਹੁਣ ਵੀਡੀਓ 'ਚ ਕੀ ਹੁੰਦਾ ਕੀ ਹੈ। ਲਾਈਕਸ ਦਾ ਟਾਰਗੇਟ, ਲਾਈਕਸ ਦਾ ਟਾਰਗੇਟ ਜ਼ਰੂਰੀ ਹੈ ਬਾਈ। ਰਾਘਵ ਭਾਈ ਤੂੰ ਦੱਸ ਦੇ ਲਾਈਕਸ ਦਾ ਟਾਰਗੇਟ। ਹੁਣ ਅੱਗੇ ਤੁਹਾਡੀ ਮਰਜ਼ੀ ਹੈ, 1100 ਕਰਨਾ ਕਿ 11000 ਕਰਨਾ। ਚਲੋ ਫਿਰ ਟਾਟਾ।